ਮਾਮੂਲੀ ਜਿਹੀ ਗੱਲ ਨੂੰ ਦੋ ਧਿਰਾਂ ਦੇ ਵਿਚਕਾਰ ਖੂਨੀ ਝੜਪ ਹੋ ਗਈ। ਜਾਣਕਾਰੀ ਅਨੁਸਾਰ ਪੀੜਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਲੈ ਕੇ ਕਿਸੇ ਕੰਮ ਜਾ ਰਿਹਾ ਸੀ ਤਾਂ ਪਿੰਡ ਦੇ ਵਿੱਚ ਨਵੀਂ ਗਲੀ ਦਾ ਨਿਰਮਾਣ ਕੀਤਾ ਗਿਆ, ਜਿਸ ਤੋਂ ਬਾਅਦ ਉਸਨੇ ਗੱਡੀ ਗਲੀ ਦੇ ਵਿੱਚੋਂ ਕੱਢ ਲਈ ਤਾਂ ਸਰਪੰਚ ਅਤੇ ਉਸਦੇ ਸਾਥੀਆਂ ਨੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਹਰਪ੍ਰੀਤ ਸਿੰਘ ਦੇ ਦੱਸਣ ਦੇ ਮੁਤਾਬਿਕ ਸਰਪੰਚ ਅਤੇ ਉਸਦੇ ਸਾਥੀਆਂ ਨੇ ਉਸਦੀ ਗੱਡੀ ਦੇ ਸ਼ੀਸ਼ੇ ਵੀ ਤੇਜ਼ਧਾਰ ਹਥਿਆਰਾਂ ਨਾਲ ਤੋੜੇ ਅਤੇ ਉਸਤੇ ਵੀ ਮਾਮਲੇ ਜਿਹੀ ਗੱਲ ਨੂੰ ਲੈ ਕੇ ਕਾਤਲਾਨਾ ਹਮਲਾ ਕਰ ਦਿੱਤਾ। ਹੁਣ ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰ ਦੂਜੇ ਪਾਸੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਪਿੰਡ 'ਚ ਕੰਕਰੀਟ ਵਾਲੀ ਨਵੀਂ ਗਲੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਨੌਜਵਾਨ ਹਰਪ੍ਰੀਤ ਸਿੰਘ ਵਾਰ ਵਾਰ ਕਦੇ ਮੋਟਰਸਾਈਕਲ ਕਦੇ ਗੱਡੀ ਲੈ ਕੇ ਇੱਥੋਂ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਉੱਥੇ ਉਹਨਾਂ ਵੱਲੋਂ ਆਪਣਾ ਪ੍ਰਵਾਸੀ ਮਜ਼ਦੂਰ ਖੜਾ ਕੀਤਾ ਗਿਆ ਅਤੇ ਉਸਨੇ ਹਰਪ੍ਰੀਤ ਸਿੰਘ ਨੂੰ ਵਾਰ ਵਾਰ ਗੱਡੀ ਗਲੀ ਵਿੱਚੋਂ ਨਾ ਕੱਢਣ ਲਈ ਕਿਹਾ ਤਾਂ ਹਰਪ੍ਰੀਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਪ੍ਰਵਾਸੀ ਮਜ਼ਦੂਰ ਤੇ ਹੀ ਹਮਲਾ ਕਰ ਦਿੱਤਾ ਤੇ ਉਸਨੂੰ ਜ਼ਖਮੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਛਡਾਉਣ ਲਈ ਪੰਚਾਇਤੀ ਤੌਰ ਤੇ ਗਏ ਸੀ ਅਤੇ ਇਹਨਾਂ ਨਾਲ ਕੋਈ ਕੁੱਟਮਾਰ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਡੇ ਮਜ਼ਦੂਰ ਸੁਮਨ ਕੁਮਾਰ ਨਾਲ ਕੁੱਟਮਾਰ ਕੀਤੀ ਹੈ ਤੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕੀਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਦੋਵੇਂ ਧਿਰਾਂ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਪੁਲਿਸ ਉਸ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ। ਸਰਪੰਚ ਬਲਵੀਰ ਸਿੰਘ ਉਹਦਾ ਮੁੰਡਾ ਦੇ ਨਾਲ ਮਨਜੀਤ ਸਿੰਘ ਇਹ ਰਾਤ ਹੋਈ ਬਸ ਨਾਲੇ ਬਹੁਤ ਜਾਤ ਨੂੰ ਪੁੱਠਾ ਬੋਲਦੇ ਨਵਾਂ ਰਾਹ ਬਣੇ। ਹਾਂਜੀ 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 ਸਰਪੰਚ ਨੇ ਜਾਤ ਨੂੰ ਗਲਤ ਬੋਲਿਆ ਉਹ ਤੋਂ ਬਾਅਦ ਮਗਰੋਂ ਜਾਣ ਲਿਆ ਗੱਡੀ ਦੇ ਹਮਲਾ ਵਾਸਤੇ ਮਿਲਦੇ ਮਨਜੀਤ ਸਰਪੰਚ ਦਾ ਮੁੰਡਾ ਸਰਪੰਚ ਹਾਂਜੀ ਹਥਿਆਰ ਹੈ ਸਾਫ ਦਿੱਤਾ ਜਾਵੇ ਦੂਜੀ ਵਾਰ ਵਾਰਦਾਤ ਦੂਜੀ ਵਾਰ ਵਾਰਦਾਤ ਪਹਿਲਾਂ ਮਾੜੇ ਗੱਲ ਹੋਈ ਵੈਸੇ ਨਾਲ ਤੋਰੇ ਤੋਂ ਇਹਨਾਂ ਨੇ ਮਾਰ ਦੇਣੀ ਸਰ ਅਸੀਂ ਸਵੇਰ ਦੇ ਨਾ ਸੜਕ ਬਣਾਉਂਦੇ ਸੀਗੇ ਕੰਕਰੀਟ ਦੀ ਤੇ ਸਰ ਉੱਦਾਂ ਉੱਥੇ ਨਾ ਸਾਡੇ ਆਪਣੇ ਜਦੋਂ ਸੜਕ ਬਣਾ ਕੇ ਮਿਸਤਰੀ ਚੱਲ ਗਿਆ ਤੇ ਅਸੀਂ ਆਪਦਾ ਭਈਆ ਉੱਥੇ ਖੜਾ ਕਰ ਦਿੱਤਾ ਕਿ ਤੂੰ ਭਾਈ ਉੱਥੇ ਨਾ ਕੋਈ ਜੀ ਨੂੰ ਚੜ੍ਹ ਦੇਈਂ ਤੇ ਨਾ ਕੁੱਤਾ ਚੜ੍ਹ ਦੇਈਂ ਵੀ ਉੱਥੇ ਪੈੜਾਂ ਲੱਗ ਜਾਂਦੀਆਂ ਤੇ ਉਹ ਲਾਗੇ ਬੰਦਾ ਸੀ ਜਿਹੜਾ ਉਹਨੇ ਸ਼ਰਾਬ ਪੀਤੀ ਹੋਈ ਸੀ ਗੱਡੀ ਲਿਆ ਕੇ ਉੱਥੇ ਚੜ੍ਹਾਉਣ ਦੀ ਕੋਸ਼ਿਸ਼ ਕਰਦਾ ਸੀ ਉਹਦੇ ਕਰੀ ਉਹਨੂੰ ਕੁਛ ਕਰਦਾ ਸੀ ਵੱਢਿਆ ਉਹਨਾਂ ਦਸਤਰ ਨਾਲ ਉਹਨੂੰ ਵੱਢ ਦਿੱਤਾ
ਤੇ ਅਸੀਂ ਮੋਹਦਵਾਰਾਂ ਦੇ ਬੰਦਿਆਂ ਦੇ ਰੌਲਾ ਪੈਂਦਾ ਵੇਖ ਕੇ ਗਏ ਹਾਂ ਤੇ ਸਾਹਿਬ ਬਹਾਦਰ ਉੱਥੇ ਜਾਂਦਿਆਂ ਨੂੰ ਸਾਡੇ ਹੱਟ ਟੀਆ ਹੋ ਗਿਆ, ਸਾਡਾ ਭਈਆ ਪਿਆ ਸੀ ਉਹਨੂੰ ਅਸੀਂ ਚੱਕ ਲਿਆਂਦਾ ਉੱਥੇ ਚੱਕ ਕੇ ਤੇ ਹੁਣ ਭਈਆ ਸਾਡਾ ਹੱਥ ਬਦਲ ਆ ਜੀ। ਸੁਮਨ ਕੁਮਾਰ ਆ ਜੀ ਉਹਦਾ ਨਾਂ। ਕਿੰਨੇ ਕੁੱਟ ਮਾਰ ਕੀਤੀ ਉਹ ਆਪਣੇ ਮੁੰਡੇ ਨੇ? ਹੈਪੀ ਕੱਚਾ ਨਾਂ ਉਹਦਾ ਮੁੰਡੇ ਦਾ ਜੀ। ਹਾਂਜੀ ਹਾਂਜੀ ਮੋਹਤਵਾਰ ਤੌਰ ਤੇ ਅਸੀਂ ਗਏ, ਅਸੀਂ ਕਿਹਾ ਵੀ ਉਹ ਰੌਲਾ ਪੈਂਦਾ ਵੇਖ ਕੇ ਆਉਂਦੇ ਹਾਂ ਵੀ ਕੀ ਗੱਲ ਆ, ਤੇ ਉਹ ਜਦੋਂ ਗਏ ਤੇ ਉੱਥੇ ਏਦਾਂ ਸਾਨੂੰ ਨਿਕਲਿਆ ਜੀ। ਸੜਕ ਨਵੀਂ ਬਣਾਈ ਜਾ ਰਹੀ, ਨਵੀਂ ਬਣਾਉਂਦੇ ਕੰਕਰੀਟ ਦੀ।